आम आदमी पार्टी ने पंजाब दे विच लोक सभा उम्मीदवार जिहड़े पक्के करने शुरू कर दिते ने, ऐलानने शुरू कर दिते ने। किसी टिकट जिहड़ी आ पक्की कर दिती है कित्थों? तां जे टिकटां आम आदमी पार्टी दे वल्लों ऐलाननियां जां पक्कियां करनियां शुरू कर दित्तियां गईयां ने, तां उस तों बाद चर्चा यह है कि फिर आम आदमी पार्टी का ते पंजाब कांग्रेस का पंजाब दे विच गठजोड़ जिहड़ा उह नहीं होएगा। यह बहुत अहम चर्चा है, दोवें बहुत अहम चर्चावां ने। एक तां उम्मीदवार ऐलान वाली आम आदमी पार्टी वालों, तो दूजा जिहड़ा आम आदमी पार्टी ते कांग्रेस का गठजोड़ है। बहुत अहम अपडेट जिहड़ी है तुहाडे लई लैके आए हां, इस ते चर्चा करांगे। उधर नाल ही नाल गलबात करांगे अकाली भाजपा गठजोड़ दे बारे, उहदे ते भी बहुत वड्डी अपडेट जिहड़ी है सामने आई है कि की कुछ होएगा। और उधर नवजोत सिंह सिद्धू सुखपाल सिंह खहिरा अज वड्डा धमाका करन जा रहे ने, की गल इस ते भी करांगे। तां उधर ईडी ने भी अपना सख्त रुख जिहड़ा अख्तियार कर लिया, की कुछ ईडी कर रही है, सारियां खबरां ते विस्तार पूर्वक चर्चा दे लई मेरे नाल प्रोफेसर मनजीत सिंह अणकी साहब जुड़ चुके हैं। सब तो पहला मैं स्वागत करूं, सर स्वागत है प्रोग्राम विच तुहाडा। बहुत बहुत शुक्रिया सुखविंदर जी, सारे सत श्री अकाल। अणकी साहब, आम आदमी पार्टी ने जिहड़े पंजाब दे लई उम्मीदवार जिहड़े एक तरीके नाल आनण जां पक्के करन दी जिहड़ी एक वायद उह शुरू कर दित्ती गई है। पटियाला दे भी सारे पटियाला लोक सभा हल्के दे विच जिन्ने पैंदे विधान सभा हल्के ने उन्हां दे उम्मीद उन्हां जिहड़े जिहड़े एमएलए मंत्री ने उन्हां नाल मीटिंग दिल्ली दे विच होई, फिर कहिंदे जलंधर वालियां दी भी होई, यानी बहुत अहम चर्चावां हुण उन्हां दे वल्लों शुरू कर दित्तियां गईयां ने आम आदमी पार्टी दे लोक सभा उम्मीदवारां दे। हुण पता इह लग्गिया कि जलंधर तों जिहड़े जिहड़े हैगे एमपी नवें बणे सी सुशील रिंकू, इको इक एमपी आ उन्हां दे पूरे देश दे विच, कहिंदे उन्हां दी ही टिकट जिहड़ी उह पक्की कर दित्ती गई है। इह वी चर्चावां जिहड़ियां सामणे आईयां ने कि भाई जलंधर तों जिहड़ा हैगा सुशील रिंकू ही जिहड़े आ चोण लड़नगे। तां इक गल इह वी सीगी अणखी साहब, इक तां इह कि ਇਹ ਸਾਰੀਆਂ ਜਿਹੜੀਆਂ ਸੀਟਾਂ ਦੇ ਉੱਪਰ ਉਮੀਦਵਾਰ ਐਲਾਨਣਗੇ, ਦੂਜੀ ਇਹ ਕਿ ਜੇ ਇਹਨਾਂ ਨੇ ਆਪਣੇ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਗਏ ਹੈ ਤਾਂ ਕੀ ਫਿਰ ਗਠਜੋੜ ਜਿਹੜਾ ਪੰਜਾਬ ਦੇ ਵਿੱਚ ਨਹੀਂ ਹੋਊਗਾ? ਕਿਉਂਕਿ ਜੇ ਗਠਜੋੜ ਹੋਣਾ ਸੀ ਤਾਂ ਫਿਰ ਸੀਟ ਸ਼ੇਅਰਿੰਗ ਤੇ ਹਲੇ ਚਰਚਾ ਜਿਹੜੀ ਆ ਉਹ ਬਾਕੀ ਹੋਈ, ਤੇ ਇਸ ਕਰਕੇ ਸੀਟ ਸ਼ੇਅਰਿੰਗ ਦੀ ਜਿਹੜੀ ਚਰਚਾ ਹੋ ਰਹੀ ਸੀ ਤਾਂ ਫਿਰ ਕਿੰਨੀਆਂ ਕਿੰਨੀਆਂ ਸੀਟਾਂ ਕਿੱਥੋਂ ਕਿੱਥੋਂ ਕਿਹਨੂੰ ਐਲਾਨਣਾ ਉਹ ਵੀ ਹਲੇ ਚਰਚਾ ਜਿਹੜੀ ਆ ਬਾਕੀ ਸੀ। ਤਾਂ ਫਿਰ ਅਜਿਹੇ ਦੇ ਵਿੱਚ ਕੀ ਲੱਗਦਾ ਹੈ ਕਿ ਜੇ ਉਹਨਾਂ ਨੇ ਇਕੱਲਿਆਂ ਹੀ ਸ਼ੁਰੂ ਕਰ ਦਿੱਤਾ ਐਲਾਨਣੇ ਤਾਂ ਫਿਰ ਤੁਹਾਨੂੰ ਕੀ ਲੱਗਦਾ ਕਿ ਗਠਜੋੜ ਨਹੀਂ ਹੋਊਗਾ? ਕਿਉਂਕਿ ਇੱਕ ਮਜ਼ਬੂਤ ਦਾਅਵੇਦਾਰ ਚਰਨਜੀਤ ਸਿੰਘ ਚੰਨੀ ਨੂੰ ਵੀ ਮੰਨਿਆ ਜਾ ਰਿਹਾ ਸੀ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇਹ ਸੀਟ ਕਾਂਗਰਸ ਦੀ ਰਹੀ ਹੈ ਔਰ ਜ਼ਿਮਨੀ ਚੋਣ ਦੇ ਵਿੱਚ ਚਰਨਜੀਤ ਚੰਨੀ ਦੀ ਜਲੰਧਰ ਲੋਕ ਸਭਾ ਹਲਕੇ ਦੇ ਵਿੱਚ ਜਿਵੇਂ ਲੋਕਪ੍ਰਿਯਤਾ ਦੇਖਣ ਨੂੰ ਮਿਲੀ, ਉਹਦੇ ਤੋਂ ਵੀ ਕਿ ਹੋ ਸਕਦਾ ਕਿ ਸੀਟ ਸ਼ੇਅਰਿੰਗ ਦੇ ਵਿੱਚ ਇਹ ਸੀਟ ਜਿਹੜੀ ਆ ਕਾਂਗਰਸ ਨੂੰ ਵੀ ਜਾ ਸਕਦੀ ਹੈ। ਹਾਲਾਂਕਿ ਬਹੁਤੇ ਲੋਕ ਇਹ ਵੀ ਸੋਚਦੇ ਸੀ ਕਿ ਨਹੀਂ ਭਾਈ ਇਹ ਜ਼ਿਮਨੀ ਚੋਣ ਦੇ ਵਿੱਚ ਜਿੱਤੀ ਹੋਈ ਸੀਟ ਹੈ, ਇਹ ਆਪ ਕੋਲੇ ਜਾਊਗੀ, ਪਰ ਫਿਰ ਵੀ ਜ਼ਿਆਦਾ ਚਾਂਸ ਚੰਨੀ ਕੋਲੇ ਲੱਗ ਰਹੇ ਸੀ। ਤਾਂ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਅਣਖੀ ਸਾਹਿਬ, ਵੀ ਜੇ ਉਹਨਾਂ ਨੇ ਆਪਣੇ ਹੁਣ ਉਮੀਦਵਾਰ ਐਲਾਨਣੇ ਸ਼ੁਰੂ ਕਰ ਦਿੱਤੇ ਆ ਤਾਂ ਕੀ ਫਿਰ ਗਠਜੋੜ ਨਹੀਂ ਹੋਣ ਜਾ ਰਹੇ? ਸੁਖਵਿੰਦਰ ਜੀ, ਕੱਲ ਨਵੀਂ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਨਾਲ ਸੰਬੰਧਿਤ ਜਿਹੜੇ ਨੇਤਾ ਔਰ ਇੰਚਾਰਜ ਨੇ ਉਹਨਾਂ ਦੀ ਜਿਹੜੀ ਮੀਟਿੰਗ ਹੁੰਦੀ ਹੈ ਔਰ ਉਸ ਮੀਟਿੰਗ ਦੇ ਵਿੱਚ ਜਿਹੜੇ 13 ਵਿਧਾਨ ਸਭਾ ਲੋਕ ਸਭਾ ਹਲਕੇ ਨੇ ਉਹਨਾਂ ਦੇ ਉੱਤੇ ਕਿਹੜਾ ਕਿਹੜਾ ਉਮੀਦਵਾਰ ਐਲਾਨਣਾ ਜਾਂ ਕਿਹੜੇ ਕਿਹੜੇ ਉਮੀਦਵਾਰ ਦੇ ਨਾਮ ਆਉਣੇ ਚਾਹੀਦੇ ਨੇ ਉਹਨਾਂ ਦੇ ਬਾਰੇ ਸੁਖਵਿੰਦਰ ਜੀ ਕਿਤੇ ਚਰਚਾ ਹੋਈ ਆ, ਪਰ ਕੋਈ ਵੀ ਅੰਤਮ ਫੈਸਲਾ ਜਿਹੜਾ ਉਹ ਨਹੀਂ ਲਿਆ ਗਿਆ। ਹਾਂ, ਸੁਸ਼ੀਲ ਕੁਮਾਰ ਰਿੰਕੂ ਬਾਰੇ ਜ਼ਰੂਰ ਫੈਸਲਾ ਕੀਤਾ ਗਿਆ ਕਿਉਂਕਿ ਜਲੰਧਰ ਲੋਕ ਸਭਾ ਹਲਕੇ ਤੋਂ, ਕਿਉਂਕਿ ਉਹ ਸਿਟਿੰਗ ਐਮ ਪੀ ਨੇ ਅਤੇ ਸੁਭਾਵਿਕ ਤੌਰ 'ਤੇ ਆਮ ਆਦਮੀ ਪਾਰਟੀ ਜੇਕਰ ਇੱਥੋਂ ਉਮੀਦਵਾਰ ਬਦਲਦੀ ਹੈ ਤਾਂ ਉਹ ਕਦੇ ਵੀ ਇਹੋ ਜਿਹਾ ਖਤਰਾ ਮੁੱਲ ਨਹੀਂ ਲਵੇਗੀ ਕਿਉਂਕਿ ਪਿਛਲੀਆਂ ਚੋਣਾਂ ਜਿੰਨੀ ਚੋਣ ਦੇ ਦੌਰਾਨ ਸੁਸ਼ੀਲ ਰਿੰਕੂ ਨੇ ਇੱਥੇ ਜਿੱਤ ਜਿਹੜੀ ਉਹ ਦਰਜ ਕੀਤੀ ਸੀ ਅਤੇ ਸੁਭਾਵਿਕ ਆ ਕਿ ਜੇਕਰ ਆਮ ਆਦਮੀ ਪਾਰਟੀ ਆਪਣੇ ਪੱਧਰ 'ਤੇ ਉਮੀਦਵਾਰਾਂ ਦਾ ਐਲਾਨ ਕਰਦੀ ਆ ਤਾਂ ਜਲੰਧਰ ਦੀ ਲੋਕ ਸਭਾ ਸੀਟ ਜਿਹੜੀ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਹੀ ਜਾਣੀ ਸੀ। ਖੈਰ, ਬਾਕੀ ਕਹਿੰਦੇ ਕੱਲ੍ਹ ਜੋ ਮੀਟਿੰਗ ਉੱਥੇ ਸੁਖਵਿੰਦਰ ਜੀ ਹੋਈ ਆ ਉਹਦੇ ਵਿੱਚ ਕਾਂਗਰਸ ਪਾਰਟੀ ਦੇ ਨਾਲ ਗਠਜੋੜ ਦੇ ਸੰਬੰਧੀ ਵੀ ਚਰਚਾਵਾਂ ਜਿਹੜੀਆਂ ਚੱਲੀਆਂ ਨੇ। ਪਤਾ ਲੱਗਾ ਕਿ ਕਾਂਗਰਸ ਪਾਰਟੀ ਅਜੇ ਤੱਕ ਆਪਣੀ ਉਸੇ 8-6 ਦੇ ਫਾਰਮੂਲੇ ਨਾਲ ਹੀ ਕੰਮ ਜਿਹੜੀ ਗੱਲ ਕਰ ਰਹੀ ਆ ਕਿ 8 ਸੀਟਾਂ ਕਾਂਗਰਸ ਕਹਿੰਦੀ ਹੈ ਕਿ ਜਿਸ ਤਰੀਕੇ ਨਾਲ ਅਸੀਂ ਪਿਛਲੇ 2019 ਦੀਆਂ ਚੋਣਾਂ ਜਿਹੜੇ ਜਿਹੜੇ ਸੀਟਾਂ ਲੋਕ ਸਭਾ ਹਲਕਿਆਂ ਤੋਂ ਜਿੱਤੇ ਸਨ ਉਹ ਸੀਟਾਂ ਜਿਹੜੀਆਂ ਸਾਨੂੰ 8 ਦੀਆਂ 8 ਚਾਹੀਦੀਆਂ ਨੇ ਅਤੇ ਜੇਕਰ ਆਮ ਆਦਮੀ ਪਾਰਟੀ ਨੇ ਸਾਡੇ ਨਾਲ ਗਠਜੋੜ ਕਰਨਾ ਤਾਂ ਤੁਸੀਂ 6 ਸੀਟਾਂ ਜਿਹੜੀਆਂ ਤੁਸੀਂ ਲੈ ਲਓ। ਪਰ ਆਮ ਆਦਮੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਕਹਿੰਦੇ ਉਹ 6-6 ਦੇ ਫਾਰਮੂਲੇ ਨਾਲ ਅਨੁਸਾਰ ਚੱਲ ਰਹੀ ਹੈ, 6 ਆਪਣੀਆਂ 6 ਇਸ ਤਰੀਕੇ ਦੀਆਂ ਜਾਂ 7-6 ਦਾ ਫਾਰਮੂਲਾ ਵੀ ਉੱਥੇ ਜਿਹੜਾ ਚਲਾਇਆ ਜਾ ਉਸ ਦੀ ਗੱਲ ਵੀ ਚੱਲੀ। ਪਰ ਕੁੱਲ ਮਿਲਾ ਕੇ ਜੋ ਵੀ ਕੱਲ੍ਹ ਗੱਲ ਹੋਈ ਕਿ ਆਮ ਆਦਮੀ ਪਾਰਟੀ ਜਿਹੜੇ ਉਮੀਦਵਾਰਾਂ ਦਾ ਨਾਮ ਐਲਾਨਣਾ ਸੀ ਉਹਦੇ ਸੰਬੰਧੀ ਸਿੱਧੂ ਜੀ ਕੋਈ
अंतम फैसला जरा वो नहीं लिया जा सकया, पर हाँ चर्चावां जिहड़ियां जरूर होईयां। हुण तुहाडा दूजा सवाल जरा ये कि गठजोड़ संबंधी फिर प्रश्न चिन्ह लग गया। सुखविंदर जी ये गल सुभाविक है कि अजे तक गोवा हिमाचल गुजरात ते होर राज्यां विच तां आम आदमी पार्टी ते कांग्रेस का जरा गठजोड़ हो चुका, पर जदों भी पंजाब दे संबंधी गल हुंदी है उत्थे पेच जरा वो फस जांदा, क्योंकि ना तो पंजाब दे कांग्रेस दे नेता ही इस गठजोड़ वल अपना समर्थन दिंदे आ ते ना ही आम आदमी पार्टी की जिहड़ी पंजाबी लीडरशिप है वह कांग्रेस का गठजोड़ करने वास्ते उतावली नजर आती है। पर दोवें पार्टियां आपो अपने पद्धर से आपो अपना जोर अजमाई जरा करना चाहते हैं, तो इस करके जरा फे पेच आ उत्ते अक्सर जरा फस जाता। पर सुखविंदर जी तुहानूं याद होगा कि अज तो आप कुछ दिन पहला गल यह की दोवें पार्टियां की जिहड़ी हाईकमान वो इस मुद्दे को लमका के रखना चाहते हैं उन्ना चिर तक कि जिन्ना चिर तक दोवें पार्टियां की जिहड़ी सूबाई लीडरशिप आ इस गल वास्ते मनो ही तैयार हो जाए कि हाँ भाई समझौता जरा गठजोड़ हो जाना आ समझौता हो जाना, भाव इस मसले को थोड़ा जहा लंबा पा के लटका के रख्या जा सके। तो इसे ही कवाज के ही यह जिहड़ियां कल का सिलसिला जरा शुरू होया ता जो एक पासे आम वर्करां दे विच आम आदमी पार्टी भी यह मैसेज दे सके कि भाई कोई गल नहीं जे कांग्रेस पार्टी साडे नाल गठजोड़ नहीं करती तो असी अपने पद्धर से लोग सभा के उम्मीदवारों की चोण का काम जरा शुरू कर दिता, सो पार्टी वर्कर जे इस मुद्दे से तैयारी कर। दूजे पासे कांग्रसी भी जी हाईकमान लीडरशिप आ वह भी इसे तरीके कि अपने पद्धर से मीटिंगा का सिलसिला जारी कर रही है और बार बार यह हौसला दे देंगे कि हाँ भाई कोई भी फैसला तुहाडे दे उत्ते हाईकमान थोपेगी नहीं बल्कि तुहाडी राय का तुहाडी सलाह का जरा सन्मान किया जाएगा, जो तुहाडी सलाह उहदे अनुसार फैसला किया जाएगा। भाव दोवें पार्टियां जिहड़ियां चाहे आम आदमी पार्टी होवे ते चाहे कांग्रेस पार्टी होवे इस मसले नूं पंजाब विचले गठजोड़ मसले नूं ठंडे बस्ते विच पा के थोड़ा चिर लंबा पेंडिंग रखना चाहुंदी आ तां जो एक किवें दा माहौल जिहड़ा उह पैदा हो सके दोवें पार्टियां दे वर्करां दे विच नेतावां दे विच ते अखीर ते फिर कह देण कि ठीक आ जो हाईकमान दा फैसला सानूं उह मंजूर आ। सो सुखविंदर जी अजे असीं इन्नी गल नहीं कह सकदे कि पंजाब दे विच कांग्रेस पार्टी ते आम पार्टी आम आदमी पार्टी का गठजोड़ नहीं होगा, क्योंकि यह दुचित्ती की जी स्थिति है ये उदों तक इसे तरीके स्थितियां बनिया रहन के जिन्ना तक पार्टी पद्धर से कोई भी नेता जरा आ के ऑफिशियल पद्धर पार्टी पद्धर से इसका जवाब जरा नहीं दिता उन्हना चिर सुखविंदर जी इस गठजोड़ को लैके संसे जड़े ने उस तरीके का बरकरार रहे जिस तरीके बीते दौर में रहे। खैर ये जिस तरीके की जी कवायद कल हुई आम आदमी पार्टी ये किस्म का टेलर है अपने वर्करा उत्साहित भरन का कि आम आदमी पार्टी अकले में चोन लड़ सकती है, तो जिस करके उन्होंने वालों ये जी कवायद शुरू कर दी गई है। हुण ये वेखना होगा कि दूजे पासे कांग्रेस हाईकमान या कांग्रेस पार्टी इस सब कवायद का की जिहड़ा रिस्पोंस दिंदी है, वो की जवाब दिंदी है, कि उन्होंने वालों भी कुछ अजिहा कुछ प्रदर्शन किया जाता कि जिस तरह कांग्रसियों को यह लगे कि पंजाब दे विच शायद गठजोड़ ना हो। कांग्रेस की जी रणनीति है वो उत्ते सिद्धू साहब जी नजर ने जरूर टिकिया रहे कितने ये तो नहीं अंकित साहब भी सीट शेयरिंग से अगे बिच बिचे जी गल इन्हों की बन गई होवे और सिर्फ उन्हां सीटां ते ही चर्चा कर रहे हूँ आम आदमी पार्टी वाले जिहड़ी सीट शेयरिंग दे विच उन्हां दे हिस्से गई होवे गल अजिही भी हो सकती है और उस तों बाद तुरंत एकदम जिहड़ा उहदे उपर ऐलान करके कि भाई साडा गठजोड़ हो गया ते तुरंत एकदम लिस्ट जारी कर दित्ती जावे कि भाई साडे गठजोड़ च आ तेरा उम्मीदवार होणगे आप ते कांग्रेस दे मिल के, कितने अजिही चर्चा तो नहीं अंदरों अंदर ही विरोध पार्टी पद्धर से या वर्कर पद्धर हेठले पद्धर से ना हो। चर्चावां तां सुखविंदर जी देखो जेकर चौं राज्यां विच आम आदमी पार्टी ते कांग्रेस मिलके चोणां लड़न नूं तैयार होगी चाहे वह दिल्ली है चाहे गोवा है चाहे गुजरात आ तो फिर पंजाब कोई एडा वड्डा मसला है नहीं। पंजाब के भी ये जो गठजोड़ मैं पहले गल की है कि सिद्धू साहब अखीरले समय हो जाना, बेशक तुम चंडीगढ़ के आला बाला वेख लो कि चंडीगढ़ च आम आदमी पार्टी के कांग्रेस इकट्ठे मेयर की चोन लैके इकट्ठे नजर आ रहे हैं। गठजोड़ तो सुखविंदर जी सुभाविक तौर पर हुंदा जरा दिखाई दे रहा लगभग लगभग तय है, तो बाकी यह गल हो सकती है जी सीटा की वंड है कि छे सीटा से असी लड़ना किड़िया सत्त सीटा जीडिया कांग्रेस को देनिया ने, क्योंकि कांग्रेस अठ सीटा सुखविंदर जी 2019 जीतती है तो कुदरती तौर पर पंजाब के उसका उदा प्रभाव जरा वे भावों वाला है जो वे भावों वाली गल ही लै रही है।
ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਪੰਜਾਬ 'ਚ, ਉਹ ਵੀ ਕਿਸੇ ਪਾਸੇ ਝੁਕਣ ਨੂੰ ਤਿਆਰ ਨਹੀਂ। ਤਾਂ ਤੁਹਾਡੀ ਗੱਲ 'ਚ ਜ਼ਿਆਦਾ ਜ਼ੋਰ ਲੱਗਦਾ ਆ ਕਿ ਇਸ ਉਹ ਸੀਟਾਂ ਦੀਆਂ ਚਰਚਾਵਾਂ ਹੋਣ ਕਿ ਕਿਹੜੀਆਂ 6 ਸੀਟਾਂ ਜਾਂ 7 ਸੀਟਾਂ ਅਸੀਂ ਰੱਖਣੀਆਂ ਨੇ ਤੇ ਕਾਂਗਰਸ ਨੂੰ ਕਿਹੜੀਆਂ ਦੇਣੀਆਂ ਨੇ, ਫਿਰ ਅਖੀਰ ਨਾਲ ਚੁੱਪ ਕਰਕੇ ਬਾਅਦ ਵਿੱਚ ਆਰਾਮ ਨਾਲ ਐਲਾਨ ਕਰ ਦਿੱਤਾ ਜਾਊਗਾ ਕਿ ਹਾਂਜੀ ਇਹ ਫੈਸਲਾ ਹੋ ਗਿਆ। ਤਾਂ ਸੁਖਵਿੰਦਰ ਜੀ, ਰਾਜਨੀਤੀ ਦੇ ਵਿੱਚ ਤਾਂ ਸਭ ਕੁਝ ਸੰਭਵ ਹੀ ਹੁੰਦਾ, ਪਤਾ ਨਹੀਂ ਕਿ ਅਗਲੇ ਪਲ ਕੀ ਹੋ ਜਾਣਾ। ਬਾਕੀ ਇਹ ਗੱਲ ਮੈਂ ਫਿਰ ਕਹਿ ਦੇਵਾਂ ਕਿ ਸਿੱਧੂ ਸਾਹਿਬ ਗੱਠਜੋੜ ਚ ਲਗਭਗ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਤੈਅ ਹੀ ਮੰਨਿਆ ਜਾ ਸਕਦਾ ਆ। ਬਸ ਪਾਰਟੀਆਂ ਵਿੱਚ ਇੱਕ ਕਿਸਮ ਦੀ ਜਿਸ ਤਰੀਕੇ ਨਾਲ ਇੱਕ ਰਣਨੀਤੀ ਆ ਕਿ ਇਸ ਮਸਲੇ ਨੂੰ ਪੈਂਡਿੰਗ ਰੱਖ ਕੇ ਥੋੜਾ ਜਿਹਾ ਲਮਕਾਇਆ ਜਾਵੇ ਤਾਂ ਜੋ ਵਰਕਰ ਨੇਤਾ ਜਿਹੜੇ ਵਿਰੋਧ ਕਰਦੇ ਨੇ ਆਪਣੇ ਆਪ ਹੀ ਪਾਰਟੀ ਹਾਈਕਮਾਨ ਦੇ ਫੈਸਲੇ ਨਾਲ ਸਹਿਮਤ ਹੋ ਕੇ ਚੋਣਾਂ ਦੀ ਤਿਆਰੀ ਕਰਨ। ਬਾਕੀ ਸਿੱਧੂ ਸਾਹਿਬ ਗੱਲ ਤਾਂ ਫਿਰ ਉਦੋਂ ਤੱਕ ਕਲੀਅਰ ਨਹੀਂ ਹੋਊਗੀ ਜਿੰਨਾ ਚਿਰ ਤੱਕ ਪਾਰਟੀ ਹਾਈਕਮਾਨ ਚਾਹੇ ਉਹ ਕਾਂਗਰਸ ਦੀ ਆ ਤੇ ਚਾਹੇ ਆਮ ਆਦਮੀ ਪਾਰਟੀ ਦੇ, ਜਿੰਨਾ ਚਿਰ ਤੱਕ ਆਪਣੇ ਇਹਦੇ ਸੰਬੰਧ ਵਿੱਚ ਪੱਤੇ ਜਿਹੜੇ ਆ ਉਹ ਨਹੀਂ ਖੋਲਦੇ। ਨਹੀਂ ਖੋਲਦੀ। ਚਲੋ ਹੁਣ ਅਗਲੀ ਖਬਰ ਤੇ ਚਰਚਾ ਕਰ ਲੈਂਦੇ ਹਾਂ। ਉਧਰ ਅਕਾਲੀ ਭਾਜਪਾ ਗਠਜੋੜ ਤੇ ਵੀ ਚਰਚਾ ਜਿਹੜੀ ਬੜੀ ਬਣਦੀ ਅਣਕੀ ਸਾਹਿਬ। ਉਧਰ ਕਹਿੰਦੇ ਕਿ ਕੁਝ ਦਿਨ ਪਹਿਲਾਂ ਜਿਹੜਾ ਬਿਆਨ ਆਇਆ ਸੀਗਾ BSP ਦੇ ਪ੍ਰਧਾਨ ਜਸਵੀਰ ਗੜੀ ਦਾ, ਉਹ ਇਹ ਗੱਲ ਕਹਿ ਰਹੇ ਸੀ ਕਿ ਭਾਈ ਅਕਾਲੀ ਦਲ ਤਾਂ ਸਾਨੂੰ ਪੁੱਛਦਾ ਕਿਸਦਾ ਹੀ ਨਹੀਂ ਤੇ ਇਸ ਕਰਕੇ ਸਾਡਾ ਇਹਨਾਂ ਦਾ ਗਠਜੋੜ ਚ ਹੁਣ ਚੱਲਣਾ ਔਖਾ ਤੇ ਨਹੀਂ ਹੋਊਗਾ ਗਠਜੋੜ। ਹੁਣ ਮਾਇਆਵਤੀ ਦੇ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੇ, ਮਾਇਆਵਤੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੇ ਕਹਿਤਾ ਕਿ ਨਹੀਂ ਸਾਡਾ ਗਠਜੋੜ ਜਿਹੜਾ ਚੱਲਦਾ ਰਹੂਗਾ। ਇਹਨੂੰ ਕੀ ਮੰਨੀਏ, ਜੇ ਅਕਾਲੀ ਔਰ ਬਸਪਾ ਦਾ ਗਠਜੋੜ ਚੱਲਦਾ ਰਹੂਗਾ ਤਾਂ ਇਹਦਾ ਮਤਲਬ ਫਿਰ 24 ਦੇ ਵਿੱਚ ਅਕਾਲੀ ਭਾਜਪਾ ਦਾ ਗਠਜੋੜ ਜਿਹੜਾ ਉਹ ਨਹੀਂ ਹੋ ਰਿਹਾ। ਜਿਹੋ ਜਿਹੀਆਂ ਕਿਆਸ ਰਹੀਆਂ ਆਪਾਂ ਅੱਗੇ ਵੀ ਲਾਉਂਦੇ ਰਹੇ ਹਾਂ ਕਿ ਜਿਹੋ ਜਿਹੇ ਮੁੱਦੇ ਦੇ ਉੱਪਰ ਅਕਾਲੀ ਦਲ ਰਾਜੂਆਣਾ ਦੇ ਮਸਲੇ ਦੇ ਉੱਪਰ ਐਨ ਪੂਰਾ ਜਿਹੜਾ ਉਹ ਫਸਿਆ ਹੋਇਆ। ਉਧਰ ਅਮਿਤ ਸ਼ਾਹ ਦੇ ਵੱਲੋਂ ਜਿਸ ਤਰੀਕੇ ਨਾਲ ਰਾਜੂਆਣਾ ਦੇ ਮਸਲੇ ਦੇ ਵਿੱਚ ਦੋ ਟੁੱਕ ਜਵਾਬ ਦਿੱਤਾ ਗਿਆ ਠੋਕਵਾਂ, ਤਾਂ ਉਹਦੇ ਵਿੱਚ ਲੱਗਦਾ ਸੀ ਕਿ ਇਹੋ ਜਿਹੇ ਬਹੁਤ ਸਾਰੇ ਹੋਰ ਵੀ ਮਸਲੇ ਆ ਜਿਹੜੇ ਅਕਾਲੀ ਭਾਜਪਾ ਗਠਜੋੜ ਦੇ ਵਿੱਚ ਜਿਹੜਾ ਉਹ ਰੋੜਾ ਬਣ ਸਕਦੇ ਆ। ਤਾਂ ਕੀ ਲੱਗਦਾ ਕਿ ਜੇ ਬਸਪਾ ਦੇ ਨਾਲ ਮੌਜੂਦਾ ਗਠਜੋੜ ਚੱਲ ਰਿਹਾ ਤਾਂ ਫਿਰ BJP ਦੇ ਨਾਲ ਟਾਟਾ ਬਾਜਪਾਈ ਵਾਲੀ ਗੱਲ ਹੀ ਹੈ ਹਲੇ? ਸਿੱਧੂ ਸਾਹਿਬ ਦੇਖੋ, ਜੇਕਰ ਬਸਪਾ ਤੇ ਅਕਾਲੀ ਦਲ ਦੇ ਗੱਠਜੋੜ ਦੀ ਗੱਲ ਕਰੀਏ ਤਾਂ ਬੀਬੀ ਮਾਇਆਵਤੀ ਦਾ ਜਿਹੜਾ ਪਿਛਲੇ ਦੌਰ ਦਾ ਸੁਭਾਅ ਰਿਹਾ, ਪਤਾ ਨਹੀਂ ਹੁੰਦਾ ਕਿ ਕਿਹੜੇ ਸਮੇਂ ਉਹਨਾਂ ਨੇ ਕੀ ਐਲਾਨ ਜਿਹੜਾ ਉਹ ਕਰ ਦੇਣਾ, ਕਿਉਂਕਿ ਬੀਬੀ ਮਾਇਆਵਤੀ ਦੀ ਰਾਜਨੀਤੀ ਕੁਝ ਇਸੇ ਤਰੀਕੇ ਦੀ ਜਿਹੜੀ ਹੋ ਰਹੀ ਹੈ। ਬੜਾ ਲੰਬਾ ਸਮਾਂ ਹੋ ਚੱਲਿਆ ਮੈਨੂੰ ਬੀਬੀ ਮਾਇਆਵਤੀ ਦੀ ਰਾਜਨੀਤੀ ਵਿੰਦਿਆ, ਸਵਾਈ 1992 ਦੇ ਵਿੱਚ ਜ਼ਰੂਰ ਇੱਕ ਵਾਰੀ ਜਿਹੜੀ ਬਸਪਾ ਆ ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਆਉਂਦੀ ਹੈ, ਉਸ ਤੋਂ ਮਗਰੋਂ ਕਦੇ ਖਾਤਾ ਵੀ ਮੇਰਾ ਖਿਆਲ ਕਦੇ ਬਸਪਾ ਦਾ ਨਹੀਂ ਖੁੱਲਿਆ। ਇਹ ਤਾਂ ਸ਼ਾਇਦ ਇੱਕ ਸੀਟ ਜਿਹੜੀ ਉਹ ਹੈਗੀ। ਅੱਜ ਤੋਂ ਕੁਛ ਦਿਨ ਪਹਿਲਾਂ ਜਸਵੀਰ ਸਿੰਘ ਗੜੀ ਉਹਨਾਂ ਦਾ ਬਿਆਨ ਆਉਂਦਾ ਕਿ ਹਾਂ ਭਾਈ ਅਸੀਂ ਇਕੱਲੇ ਆਪਣੇ ਦਮ ਤੇ ਚੋਣਾਂ ਲੜਾਂਗੇ, ਅਕਾਲੀ ਦਲ ਸਾਨੂੰ ਪੁੱਛਦਾ ਨਹੀਂ ਆ, ਅਸੀਂ ਮੀਟਿੰਗਾਂ ਦਾ ਸਿਲਸਿਲਾ ਜਾਰੀ ਕਰ ਦਿੱਤਾ। ਫਿਰ ਐਨ ਉੱਥੇ 1-2 ਦਿਨ ਬਾਅਦ ਹੀ ਬੀਬੀ ਮਾਇਆਵਤੀ ਦਾ ਵੀ ਕੌਮੀ ਪੱਧਰ ਤੇ ਇੱਕ ਬਿਆਨ ਆ ਜਾਂਦਾ ਕਿ ਬਸਪਾ ਸਾਰੇ ਦੇਸ਼ ਵਿੱਚ ਕਿਸੇ ਵੀ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕਰੇਗੀ, ਆਪਣੇ ਪੱਧਰ ਤੇ ਇਕੱਲਿਆਂ ਚੋਣ ਲੜੇਗੀ। ਤਾਂ ਉਦੋਂ ਕਿ ਅਸਲਾਹੀਆਂ ਇਹ ਲੱਗਣੀਆਂ ਸ਼ੁਰੂ ਹੋ ਗਈਆਂ ਸੀ ਕਿ ਸ਼ਾਇਦ ਹੁਣ ਪੰਜਾਬ ਦੇ ਵਿੱਚ ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆਪਸੀ ਗੱਠਜੋੜ ਆ ਇਹ ਟੁੱਟ ਜਾਵੇਗਾ, ਇਹ ਖਤਮ ਹੋ ਜਾਵੇਗਾ। ਪਰ ਕੱਲ ਇੱਕ ਬਿਆਨ ਹੋਰ ਆ ਜਾਂਦਾ ਜਿਹਦੇ ਤੋਂ ਇਹ ਉਹਨਾਂ ਨੇ ਇਹ ਸਾਫ਼ ਗੱਲ ਕਹਿ ਦਿੱਤੀ ਕਿ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਜਿਹੜਾ ਗੱਠਜੋੜ ਕਾਇਮ ਰਹੇਗਾ ਤੇ 2024 ਦੀਆਂ ਚੋਣਾਂ ਉਹ ਮਿਲ ਕੇ ਲੜਨਗੇ। ਬੀਬੀ ਮਾਇਆਵਤੀ ਨੇ ਵੀ ਕਹਿ ਦਿੱਤਾ ਕਿ ਜਾ ਕੇ ਤੁਸੀਂ ਤਿਆਰੀ ਜਿਹੜੀ ਆ ਕਰੋ, ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਆ ਉਹ ਵੀ ਕਹਿੰਦੇ ਆ ਕਿ ਬੀਤੇ ਦਿਨ ਬੀਬੀ ਮਾਇਆਵਤੀ ਹੋਣਾਂ ਨੂੰ ਮਿਲੀ। ਚਲੋ ਇਹ ਤਾਂ ਸੁਖਵਿੰਦਰ ਜੀ ਜਗ ਜਾ ਰਿਹਾ ਕਿ ਸਮਝੌਤੇ ਹੁੰਦੇ ਆ, ਸਮਝੌਤੇ ਟੁੱਟਦੇ ਆ, ਪਰ ਫਿਲਹਾਲ ਜਿਹੜੀ ਮੌਜੂਦਾ ਸਥਿਤੀ ਆ ਸੁਖਵਿੰਦਰ ਜੀ, ਇਹ ਕਿਸਮ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਔਰ ਬਸਪਾ ਦੇ ਆਪਸੀ ਗੱਠਜੋੜ ਜਿਹੜੀ ਟੁੱਟਣ ਦੀ ਜਿਹੜੀਆਂ ਕਨਸੋਵਾਂ ਸਨ ਉਹਨਾਂ ਤੇ ਇੱਕ ਵਿਰਾਮ ਚਿੰਨ੍ਹ ਜਿਹੜਾ ਜ਼ਰੂਰ ਲੱਗਦਾ। ਹੁਣ ਦੂਜੇ ਪਾਸੇ ਗੱਲ ਕਰ ਲਈਏ, ਸੁਖਵਿੰਦਰ ਜੀ ਤੁਸੀਂ ਗੱਲ ਕਰ ਰਹੇ ਜੇ ਭਾਜਪਾ ਦੇ ਨਾਲ ਗੱਠਜੋੜ ਦੀ, ਸਿੱਧੂ ਸਾਹਿਬ ਦੇਖੋ ਬੀਤੇ ਸਮੇਂ ਦੇ ਵਿੱਚ ਅਕਾਲੀ ਦਲ ਔਰ ਭਾਜਪਾ ਇੱਕ ਦੂਜੇ ਨਾਲ ਨੌ ਮਾਸ ਦੇ ਰਿਸ਼ਤੇ ਦੀ ਜਿਹੜੀ ਸੁਖਵਿੰਦਰ ਜੀ ਗੱਲ ਕਰਦੇ ਰਹੇ ਆ, ਤਾਂ ਉਸ ਨੌ ਮਾਸ ਦੇ ਰਿਸ਼ਤੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਵਿੱਚ ਹਮੇਸ਼ਾ ਵੱਡੇ ਭਰਾ ਦੀ ਭੂਮਿਕਾ ਨਿਭਾਉਂਦਾ ਰਿਹਾ ਤੇ ਸ਼੍ਰੋਮਣੀ ਜਿਹੜਾ ਭਾਜਪਾ ਸੀ ਉਹ ਛੋਟੇ ਭਰਾ ਦੀ। ਉਸ ਵੇਲੇ ਸੁਖਵਿੰਦਰ ਦੀ ਸਥਿਤੀਆਂ ਜਿਹੜੀਆਂ ਕੁਝ ਹੋਰ ਸਨ। ਇਸ ਵੇਲੇ ਭਾਜਪਾ ਜਿਹੜੀ ਆ ਆਤਮ ਵਿਸ਼ਵਾਸ ਦੇ ਨਾਲ ਪੂਰੇ ਕੌਮੀ ਪੱਧਰ ਦੀ ਰਾਜਨੀਤੀ ਦੇ ਵਿੱਚ ਆਪਣੇ ਆਪ ਨੂੰ ਅਜੇਤੂ ਸਰਕਾਰ ਕਰ ਰਹੀ ਹੈ ਕਿ ਉਸਨੂੰ ਕੋਈ ਜਿੱਤ ਨਹੀਂ ਸਕਦਾ ਤੇ ਅਕਾਲੀ ਦਲ ਦੀ ਉਸਨੂੰ ਇੰਨੀ ਲੋੜ ਹੈ ਨਹੀਂ, ਜਿਸ ਕਰਕੇ ਜਿਸ ਤਰੀਕੇ ਦਾ ਵਰਤਾਰਾ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਬੀਤੇ ਸਮੇਂ ਚ ਰਿਹਾ ਸੁਖਵਿੰਦਰ ਜੀ, ਚਾਹੇ ਹੋਰ ਭਾਈ ਰਾਜੂਆਣੇ ਦਾ ਮਸਲਾ ਹੋਵੇ, ਚਾਹੇ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਹੋਵੇ ਜਾਂ ਹੋਰ ਕਈ ਸਿੱਖ ਮਸਲੇ ਹੋਣ, ਅਮਿਤ ਸ਼ਾਹ ਹੋਣਾ ਨੇ ਜਾਂ ਭਾਜਪਾ ਦੀ ਕੇਂਦਰ ਦੀ ਲੀਡਰਸ਼ਿਪ ਨੇ ਕਦੇ ਸ਼੍ਰੋਮਣੀ ਅਕਾਲੀ ਦਲ ਨੂੰ ਪੱਠੇ ਨਹੀਂ ਪਾਏ, ਕਦੀ ਗੰਭੀਰਤਾ ਨਾਲ ਲਿਆ ਹੀ ਨਹੀਂ। ਸਿੱਧੂ ਸਾਹਿਬ ਇਹ ਟਾਈਮ ਮੰਗਦੇ ਆ, ਅਗਲੇ ਟਾਈਮ ਹੀ ਨਹੀਂ ਦਿੰਦੇ। ਹੁਣ ਤੁਸੀਂ ਇਸ ਤੋਂ ਵੱਡੀ ਤਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਇੱਕ ਸੰਸਥਾ ਜਿਹੜੀ ਆ ਜਿਹੜੀ ਕਦੇ ਪੰਜਾਬ ਸਰਕਾਰ ਦੇ ਸਮਾਨਾਂਤਰ ਚੱਲਦੀ ਰਹੀ ਜਥੇਦਾਰ ਗੁਰਚਰਨ ਸਿੰਘ ਟੌੜੇ ਹੋਣਾ ਦੇ ਸਮੇਂ। ਸੁਖਵਿੰਦਰ ਜੀ ਉਹ ਦੌਰ ਇੱਦਾਂ ਸਮਾਂ ਹੁੰਦਾ ਸੀ ਕਿ ਕੇਂਦਰ ਪੰਜਾਬ ਸਰਕਾਰ ਨੂੰ ਕਹਿੰਦਾ ਹੁੰਦਾ ਸੀ ਜਾਂ SGP ਨੂੰ ਕਿ ਆਓ ਤੁਸੀਂ ਸਾਡੇ ਨਾਲ ਗੱਲ ਕਰੋ,
ਇਹ ਜਾਂਦੇ ਨਹੀਂ ਤੇ ਅੱਜ ਸਥਿਤੀਆਂ ਸੁਖਵਿੰਦਰ ਜੀ ਬਿਲਕੁਲ ਉਹਦੇ ਉਲਟ ਨੇ। ਅੱਜ ਇਹ ਟਾਈਮ ਮੰਗਦੇ ਆ ਤੇ ਅਮਿਤ ਸ਼ਾਹ ਬੜੀ ਟਾਈਮ ਦੇਣ ਦੀ ਤੇ ਗੜਬੜੀ ਦੂਰ ਦੀ ਇੱਕ ਚਰਚਾ ਤੱਕ ਵੀ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਕਰਦੇ। ਤਾਂ ਸੁਖਵਿੰਦਰ ਜੀ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਉਹ ਸਥਿਤੀ ਪਹਿਲਾਂ ਵਾਲੀ ਹੈ ਨਹੀਂ, ਨਾ ਹੀ ਹੁਣ ਸਰਦਾਰ ਸਾਹਿਬ ਵਰਗੇ ਪ੍ਰਕਾਸ਼ ਸਿੰਘ ਬਾਦਲ ਨੇ। ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੁੰਦੇ ਤਾਂ ਸੁਖਵਿੰਦਰ ਜੀ ਹੋ ਸਕਦਾ ਕਿ ਭਾਜਪਾ ਦਾ ਰੁੱਖ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਤੀ ਕੁਝ ਹੋਰ ਤਰੀਕੇ ਦਾ ਹੁੰਦਾ। ਪਰ ਹੁਣ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਪਾਰਟੀ ਦੇ ਪ੍ਰਧਾਨ ਤੇ ਜਿਹੜੀ ਉਹਨਾਂ ਨੂੰ ਪੋਜੀਸ਼ਨ ਪੰਜਾਬ ਦੇ ਵਿੱਚ ਹੈਗੀ ਆ, ਸ਼੍ਰੋਮਣੀ ਅਕਾਲੀ ਦਲ ਮਾਫ ਕਰਦਾ ਭਾਜਪਾ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਆ, ਤੇ ਸ਼ਾਇਦ ਇਸੇ ਹੀ ਕਾਰਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਆਣ ਕੇ ਅਜਿਹੇ ਪੱਤੇ ਖੋਲੇ ਨੇ ਕਿ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਜਿਹੜੀ ਇੱਕ ਕਿਸਮ ਦਾ ਹਾਸ਼ੀਏ ਤੇ ਉਹਨੇ ਧੱਕ ਦਿੱਤੀ ਆ। ਤਾਂ ਅਜਿਹੀ ਸਥਿਤੀ ਆ ਜਿਹੜੀ ਮਿਸਤਰੀਆਂ ਬਿਆਨ ਕਰ ਰਹੇ ਆ ਸਿੱਧੂ ਸਾਹਿਬ, ਅਜਿਹੀ ਸਥਿਤੀ 'ਚ ਲੱਗਦਾ ਨਹੀਂ ਕਿ ਭਾਜਪਾ ਜਿਹੜੀ ਆ ਹੁਣ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇੱਕ ਖਾਸ ਲੋੜ ਹੋਵੇ। ਹਾਂ, ਪਿੰਡ ਐਰਤਾ ਜਿਹੜੀ 24 ਦੇ ਇਲੈਕਸ਼ਨ ਜੇਕਰ ਜਿਸ ਤਰੀਕੇ ਨਾਲ ਉਹ ਕਹਿ ਰਹੇ ਨੇ ਕਿ ਆਪਣੇ ਪੱਧਰ ਤੇ ਅਸੀਂ ਲੜਦੀ ਹਾਂ, ਸੁਖਵਿੰਦਰ ਜੀ ਉਹ ਜਿੱਤੂਗੇ ਤਾਂ ਨਾ, ਪਰ ਆਪਣਾ ਵੋਟ ਪ੍ਰਤੀਸ਼ਤ ਜਿਹੜਾ ਵਧਾਉਣ ਦੇ ਮੂਡ ਦੇ ਵਿੱਚ ਜਿਹੜੀ ਆ ਭਾਜਪਾ ਜਿਹੜੀ ਜ਼ਰੂਰ ਨਜ਼ਰ ਆਏਗੀ। ਸੋ ਜਿਹੜੀਆਂ ਸਥਿਤੀਆਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਔਰ ਭਾਜਪਾ ਦੀਆਂ ਵੱਖ ਵੱਖ ਮਸਲਿਆਂ ਨੂੰ ਬੜੀਆਂ ਨੇ ਸਿੱਧੂ ਸਾਹਿਬ, ਉਹਦੇ ਤੋਂ ਫਿਰ ਇਹੋ ਹੀ ਲੱਗਦਾ ਕਿ ਸਮਝੌਤਾ ਜਿਹੜਾ ਆ ਗੱਠਜੋੜ ਨਹੀਂ ਹੋਵੇਗਾ, ਕਿਉਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਨੇ ਗੱਠਜੋੜ ਕਰਨਾ ਜਾਂ ਉਸਨੂੰ ਬਸਪਾ ਚੁਣਨੀ ਪਏਗੀ ਤੇ ਜਾਂ ਉਸਨੂੰ ਭਾਰਤੀ ਜਨਤਾ ਪਾਰਟੀ ਚੁਣਨੀ ਪਏਗੀ, ਦੋਵਾਂ ਦੇ ਵਿੱਚੋਂ ਇੱਕ ਹੀ ਚੁਣੀ ਜਾ ਸਕਦੀ ਆ। ਤੇ ਭਾਰਤੀ ਜਨਤਾ ਪਾਰਟੀ ਦਾ ਇਸ ਵੇਲੇ ਰੁੱਖ ਜਿਹੜਾ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਇੰਨਾ ਸੁਹਿਰਦ ਵਾਲਾ ਹੈ ਨਹੀਂ, ਬਿਲਕੁਲ ਨਜ਼ਰ ਅੰਦਾਜ਼ ਕਰ ਰਹੇ ਆ। ਤਾਂ ਸੁਖਵਿੰਦਰ ਜੀ, ਜੇਕਰ ਸਮਝੌਤਾ ਹੋਇਆ ਵੀ ਤਾਂ ਸਮਝੌਤਾ ਸੁਖਵਿੰਦਰ ਜੀ ਐਸਾ ਭਾਰਤੀ ਜਨਤਾ ਪਾਰਟੀ ਦੀਆਂ ਸ਼ਰਤਾਂ ਤੇ ਹੋਊਗਾ, ਨਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸ਼ਰਤਾਂ ਦੇ ਅਨੁਸਾਰ। ਸੋ ਅਜੇ ਫਿਲਹਾਲ ਇਹ ਅਸੀਂ ਕਹਿ ਸਕਦੇ ਹਾਂ ਕਿ ਬੀਬੀ ਮਾਇਆਵਤੀ ਦੇ ਐਲਾਨ ਤੋਂ ਮਗਰੋਂ ਬਸਪਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਗੱਠਜੋੜ ਆ ਜਿਹੜੀ ਟੁੱਟਣ ਦੀ ਕਨਸੋਆ ਸਨ ਉਹਨਾਂ ਤੇ ਵਿਰਾਮ ਚਿੰਨ ਲੱਗ ਗਿਆ। ਬਾਕੀ ਭਾਜਪਾ ਨਾਲ ਅਜੇ ਸਮਝੌਤਾ ਹੁੰਦਾ ਜਾਂ ਨਹੀਂ ਹੁੰਦਾ, ਸੁਖਵਿੰਦਰ ਜੀ ਅਜੇ ਇਹ ਆਉਣ ਵਾਲਾ ਸਮਾਂ ਦੱਸੇਗਾ। ਕਿਉਂਕਿ ਰਾਜਨੀਤੀ ਦੇ ਵਿੱਚ ਮੈਂ ਫਿਰ ਕਿਹਾ ਕਿ ਸਥਿਤੀਆਂ ਸੁਖਵਿੰਦਰ ਜੀ ਮਿੰਟਾਂ ਸਕਿੰਟਾਂ ਅੱਖ ਦੇ ਫੋਰ ਵਿੱਚ ਜਿਹੜੀਆਂ ਉਹ ਬਦਲਦੀਆਂ ਵੇਖੀਆਂ ਨੇ ਔਰ ਬਦਲ ਵੀ ਜਾਂਦੀਆਂ ਨੇ। ਚਲੋ ਹੁਣ ਉਧਰ ਅੱਜ ਵੱਡੇ ਧਮਾਕੇ ਕਰਨ ਜਾ ਰਹੇ ਨੇ ਸੁਖਪਾਲ ਸਿੰਘ ਖਹਿਰਾ, ਆਪਣੇ ਹਲਕੇ ਦੇ ਵਿੱਚ ਇੱਕ ਵੱਡਾ ਇਕੱਠ ਕਰਨ ਜਾ ਰਹੇ ਹੈ ਔਰ ਉਹ ਵੀ 11 ਵਜੇ, ਔਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ 11 ਵਜੇ ਮੋਗਾ ਦੇ ਵਿੱਚ ਜਿਹੜੀ ਉਹ ਰੈਲੀ ਕਰਨ ਜਾ ਰਹੇ ਆ। ਕਿਵੇਂ ਦੇਖਦੇ ਹੋ ਕਿ ਪਤਾ ਇਹ ਲੱਗਿਆ ਕਿ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਭਰੋਸੇ ਦੇ ਵਿੱਚ ਲੈ ਕੇ ਇਹ ਇਕੱਠ ਕਰ ਰਹੇ ਆ, ਤੇ ਦੂਜੇ ਪਾਸੇ ਸਿੱਧੂ ਨੇ ਵੀ ਇਹ ਵੀ ਗੱਲ ਪਤਾ ਲੱਗੀ ਹੈ ਕਿ ਹਾਈਕਮਾਨ ਨੂੰ ਇਸ ਰੈਲੀ ਦੇ ਬਾਰੇ ਦੱਸਿਆ ਹੋਇਆ, ਤਾਂ ਕਿਵੇਂ ਦੇਖਦੇ ਹੋ? ਹਾਲਾਂਕਿ ਪੰਜਾਬ ਕਾਂਗਰਸ ਦੇ ਲੀਡਰ ਕਹਿ ਰਿਹਾ ਕਿ ਨਹੀਂ ਦੱਸਿਆ, ਪਰ ਨਵਜੋਤ ਸਿੰਘ ਸਿੱਧੂ ਹੋਰੀ ਇਹ ਗੱਲ ਕਹਿ ਰਿਹਾ ਕਿ ਉਹਨਾਂ ਨੇ ਪਹਿਲਾਂ ਹੀ ਇਹ ਗੱਲ ਕਹਿਤੀ ਹੈ ਦਵਿੰਦਰ ਯਾਦਵ ਨੂੰ ਕਿ ਭਾਈ ਤੁਹਾਡੇ ਆਉਣ ਤੋਂ ਪਹਿਲਾਂ 24 ਤਰੀਕ ਤੱਕ ਦੇ ਮੇਰੇ ਪ੍ਰੋਗਰਾਮ ਜਿਹੜੇ ਬਣੇ ਹੋਏ ਆ, ਔਰ ਉਸ ਤੋਂ ਬਾਅਦ 24 ਦੇ ਪ੍ਰੋਗਰਾਮਾਂ ਤੋਂ ਬਾਅਦ ਜਿਹੜੇ ਪ੍ਰੋਗਰਾਮ ਹੋਣਗੇ ਮੈਂ ਤੁਹਾਡੀ ਸਲਾਹ ਦੇ ਨਾਲ ਰੱਖ ਲਊਂਗਾ, ਪਰ ਫਿਲਹਾਲ 24 ਤੱਕ ਦੇ ਮੇਰੇ ਪ੍ਰੋਗਰਾਮ ਜਿਹੜੇ ਪੱਕੇ ਆ। ਔਰ ਦੋਵਾਂ ਲੀਡਰਾਂ ਦੇ ਵੱਲੋਂ ਇਹਨਾਂ ਇਕੱਠਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਔਰ ਕੀ ਸਿਆਸਤ ਜਿਹੜੀ ਹੁਣ ਰਹਿਣ ਵਾਲੀ ਹੈ ਕਾਂਗਰਸ? ਸੁਖਵਿੰਦਰ ਜੀ, ਜਿਸ ਤਰੀਕੇ ਨਾਲ ਸੁਖਪਾਲ ਸਿੰਘ ਖਹਿਰੇ ਉਹਨਾਂ ਨੇ ਆਪਣੇ ਹਲਕੇ ਚ ਇੱਕ ਰੈਲੀ ਕਰਨੀ ਹੈ ਜਾਂ ਇੱਕ ਜਿਹੜਾ ਪ੍ਰਦਰਸ਼ਨ ਕਰਨਾ, ਸੁਖਵਿੰਦਰ ਜੀ ਇਹਦੇ ਸੰਬੰਧੀ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਪਾਰਟੀ ਪੰਜਾਬ ਦੀ ਪਾਰਟੀ ਦੀ ਜਿਹੜੀ ਕਾਂਗਰਸ ਆਗਾਈ ਉਹਨੂੰ ਕਿਸੇ ਕਿਸਮ ਦਾ ਇਤਰਾਜ਼ ਹੋਵੇ। ਕਿਉਂਕਿ ਬੀਤੇ ਦਿਨ ਜਿਸ ਦਿਨ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਜੇਲ੍ਹ ਤੋਂ ਬਾਹਰ ਆਣ ਕੇ ਪ੍ਰੈਸ ਕਾਨਫਰੰਸ ਕੀਤੀ, ਉਸ ਦਿਨ ਇੱਕ ਪਾਸੇ ਤਾਂ ਪ੍ਰਤਾਪ ਸਿੰਘ ਬਾਜਵਾ ਸੀ, ਦੂਜੇ ਪਾਸੇ ਰਾਜਾ ਬੜਿੰਗ ਵੀ ਬੈਠੇ ਸਨ। ਤੇ ਅੱਜ ਦੀ ਜਿਹੜੀ ਮੀਟਿੰਗ ਹੋਏਗੀ ਜਾਂ ਅੱਜ ਦਾ ਜਿਹੜਾ ਪ੍ਰਦਰਸ਼ਨ ਹੋਏਗਾ ਖਹਿਰਾ ਸਾਹਿਬ ਦਾ ਸੁਖਵਿੰਦਰ ਜੀ, ਉਹ ਤਾਂ ਫਿਰ ਪਾਰਟੀ ਪੱਧਰ ਤੇ ਜਾਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਜ਼ਰੂਰ ਉਹਨਾਂ ਦੇ ਨਾਲ ਦਿਖਾਈ ਦਿੱਤੀ ਜਾਵੇਗੀ। ਤਾਂ ਲੱਗਦਾ ਨਹੀਂ ਕਿ ਉਹਨਾਂ ਨੂੰ ਕੋਈ ਖਹਿਰਾ ਸਾਹਿਬ ਦੀ ਇਸ ਰੈਲੀ ਦੇ ਉੱਤੇ ਕੋਈ ਇਤਰਾਜ਼ ਹੋਵੇ ਜਿਹੜਾ ਉਹਨਾਂ ਨੇ ਪ੍ਰਦਰਸ਼ਨ ਜਿਹੜਾ ਕਰਨਾ। ਪਰ ਸਿੱਧੂ ਸਾਹਿਬ, ਜਿਹੜੀ ਨਵਜੋਤ ਸਿੱਧੂ ਦੀ ਜਿਹੜੀ ਰੈਲੀ ਆ ਉਹ ਅੱਜ ਤੋਂ ਕੁਝ ਦਿਨ ਪਹਿਲਾਂ ਹੀ ਰਾਜਾ ਬੜਿੰਗ ਦੀ ਜ਼ਬਾਨ ਤੇ ਆ ਚੁੱਕੀ ਆ, ਉਹਨਾਂ ਦੇ ਬਿਆਨਾਂ ਦਾ ਸ਼ਿਕਾਰ ਉਹ ਰੈਲੀ ਹੋ ਰਹੀ ਆ, ਉਹਦੇ ਬਿਆਨ ਵੀ ਰਾਜਾ ਬੜਿੰਗ ਦੇ ਆਏ ਨੇ। ਤੇ ਖਾਸ ਤੌਰ ਤੇ 16 ਦਸੰਬਰ ਨੂੰ ਜਿਹੜੀ ਇੱਕ ਉਹਨਾਂ ਵੱਲੋਂ ਰੈਲੀ ਕੀਤੀ ਗਈ ਸੀ ਤੇ ਜਿਹਦੇ ਵਿੱਚ ਕਾਂਗਰਸੀ ਨੇਤਾ ਸ਼ਾਮਲ ਨਹੀਂ ਸਨ ਹੋਏ, ਉਹਨਾਂ ਨੂੰ ਵੀ ਉਹਨਾਂ ਨੇ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। ਤੇ ਉਸ ਦਿਨ ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਸਿੱਧੂ ਦੀਆਂ ਜਿਹੜੀਆਂ ਰੈਲੀਆਂ ਨੇ ਉਹਨਾਂ ਦੇ ਉੱਤੇ ਪਾਰਟੀ ਹਾਈਕਮਾਨ ਜਿਹੜੀ ਆ ਤਕੜੀ ਨਜ਼ਰ ਰੱਖ ਰਹੀ ਆ, ਤਾਂ ਲੋੜ ਪੈਣ 21 ਤੋਂ ਬਾਅਦ ਇਹਦੇ ਉੱਤੇ ਐਕਸ਼ਨ ਜਿਹੜਾ ਕੀਤਾ ਜਾਵੇਗਾ, ਇਹ ਰਾਜਾ ਬੜਿੰਗ ਦਾ ਜਿਹੜਾ ਬਿਆਨ ਚ ਕਿ ਹਾਈਕਮਾਨ ਇਹ ਕਰੇਗੀ। ਪਰ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਹੋਣੀ ਇਹ ਵਾਰ ਵਾਰ ਕਹਿੰਦੇ ਆ ਕਿ ਉਹਨਾਂ ਨੇ ਪੂਰਨ ਤੌਰ ਤੇ ਆਪਣੀਆਂ ਇਹਨਾਂ ਲੋਕ ਮਿਲਦੀਆਂ ਨੂੰ ਲੈ ਕੇ ਪੂਰਨ ਤੋਂ ਜਾਣਕਾਰੀ ਜਿਹੜੀ ਆ ਕਾਂਗਰਸ ਦੀ ਹਾਈਕਮਾਨ ਨੂੰ ਦਿੱਤੀ ਆ, ਇੰਚਾਰਜ ਸਾਹਿਬ ਨੂੰ, ਦਵਿੰਦਰ ਯਾਦਵ ਹੋਰਾਂ ਨੂੰ ਦਿੱਤੀ ਹੈ, ਤੇ ਉਹਨਾਂ ਨੂੰ ਕਿਹਾ ਸੀ ਕਿ ਉਹਨਾਂ ਦੇ ਜਿਹੜੀ ਪ੍ਰੋਗਰਾਮ ਨੇ ਉਹਨਾਂ ਦੇ ਇੰਚਾਰਜ ਦੀ ਸੰਮਤ ਤੋਂ ਪਹਿਲਾਂ ਦੇਣੇ। ਤਾਂ ਸੁਖਵਿੰਦਰ ਜੀ, ਇਸ ਮਸਲੇ ਦੇ ਵਿੱਚ ਅਜੇ ਤੱਕ ਕਦੇ ਵੀ ਕਾਂਗਰਸ ਹਾਈਕਮਾਨ ਨੇ ਸਿੱਧੂ ਦੀਆਂ ਰੈਲੀਆਂ ਨੂੰ ਲੈ ਕੇ ਕਦੇ ਵੀ ਆਪਣਾ ਮੂੰਹ ਜਿਹੜਾ ਉਹ ਨਹੀਂ ਖੋਲਿਆ, ਕਦੇ ਵੀ ਕੋਈ ਬਿਆਨ ਜਾਰੀ ਨਹੀਂ ਕੀਤਾ। ਹਾਂ, ਇੰਨੀ ਗੱਲ ਜ਼ਰੂਰ ਕਹਿ ਦਿੰਦੇ ਆ ਕਿ ਅਨੁਸ਼ਾਸਨ ਵਿੱਚ ਸਾਰਿਆਂ ਨੂੰ ਰਹਿਣਾ ਪਊਗਾ, ਬਾਕੀ ਜਿਹੋ
नवजोत सिद्धू दे संदर्भ च करते हैं जां जिहो जिहो चाहत रखते कि कांग्रेस हाईकमान भी नवजोत सिद्धू दे संबंधी कोई अजिहा बयान दे, अजे तक सिद्धू साहब कांग्रेस हाईकमान ने कदे कोई बयान दिता नहीं। तो बाकी सिद्धू साहब जी अनुशासन भंग करन दी गल, नवजोत सिद्धू का फिर तो अनुशासन अज का भंग थोड़ा, वह तो अज तो 3 साल पहला या 4 साल पहला भी उसने अनुशासन भंग कर दिता से जो उन्होंने राहुल गांधी के सामने 75-25 की गल की। बहुत कुछ इधर चलता रहा नवजोत सिद्धू का समय समय से रैलियों के जाके वो अपने योजे बेबाक अंदाज बोलते रहे हैं, तो कई बार उत्थे कांग्रेस हाईकमान भी छिथा पै जाना पैदा महसूस होया या छिथा पै जी रही है, पर अज तक कांग्रेस हाईकमान ने नवजोत सिद्धू के खिलाफ कोई कार्रवाई ओह जी नहीं की, जो जी राजा बड़िंग चाहते हैं या प्रताप सिंह बाजवा चाहते हैं। खैर अज यह लोग मिलनी होनी है, नवजोत सिद्धू अपने उस अंदाज फिर पंजाब के मुद्दों को लैके मौजूदा सरकार को घेर देंगे। तो हम यह वेखना कि एक पासे तो खहरा साहब की उन्होंने हल्के जी रैली आ उत्थे ये जी लीडरशिप जाती है कि खहरे के समर्थन के जाके लोग राय लोगों को इकट्ठा करेगी कि हाँ भी पार्टी जी आम आदमी पार्टी की सरकार आ खहरे जान बुझ के टारगेट किया जा मतलब लोग कार्रवाई करके साढ़े विधायक जेल के पिछे टंगया, तो उत्थे भी राजा बड़िंग हुणी उही राग लप्पणगे जी वेखो जी नवजोत सिद्धू वक्रे पद्धर से रैलियां करता पाया, ये करता पाया, वो करता पाया, यह गल सुखविंदर जी वेखनी होगी। बाकी नवजोत सिद्धू ने तो अज रैली करनी करनी है, वह पहले ही इन्नी संबंधी कह चुके हैं, सुखपाल सिंह खहरे उन्होंने भी रैली है, पर हाँ अज इन दोवे रैलियों के संदर्भ के राजा बड़िंग की भूमिका जी सिद्धू साहब वो जरूर वेखन वाली रहेगी कि वह अज की राग लाते जिस तरीके उन्होंने वादा किया वादा या बयान उन्होंने दार दग गया कि हाँ भी 21 तो बाद नवजोत सिद्धू के खिलाफ जी हाईकमान एक्शन करेगी। हम वेखते हैं कि एक्शन होंगे। बाकी सिद्धू साहब नवजोत सिद्धू ने तो इन्नी गल कहती कि उन्होंने पत्नी भी जी पटियाला लोग सभा हल्के तो चोन जी वो नहीं लड़ेगी क्योंकि बीमारी तो पीड़ित नहीं, उन्होंने तो ऐलान कर दिता, पर इन सब ऐलाना के फिर भी जेकर राजा बड़िंग या होर उन्होंने जी पार्टी है या उन्होंने कंपनी है वो जेकर नवजोत सिद्धू टारगेट करती है तो फिर सुखविंदर जी ये पार्टी की उस धड़ेबंदी का सिहर ही है कि जी अज तक ना खत्म हुई है तो ना ही खत्म हुई जी। उधर हेमंत सोरेन दे कोलों ईडी दे वल्लों पुछगिछ की गई है, कहिंदे कि 7 घंटे पुछगिछ की गई है, की कुछ मसला की कुछ गलबात अणखी साहब? सुखविंदर जी हेमंत सोरेन जिहड़े मुख्यमंत्री ने उन्होंने ये खबर आपां तां चर्चा च सुखविंदर जी लिआंदी है क्योंकि इन्हों भी हुण तक 6 या 7 बारी ईडी ने समन जारी किए थे उस तरीके जिस तरीके अरविंद केजरीवाल ने की है। अरविंद केजरीवाल चौथी बार हो चुका तो चौथी बारी वो कहते कि हाँ जी भाई ये गैर कानूनी मैं नहीं पेश होना, तो सोमे सरेन ने भी कहते सुखविंदर जी 6-7 बार नोटिस जारी हो गए ही तो वो भाई साहब वह भी दाखिल नहीं से वह भी होंगे कि ठीक है कि कानूनी फिर प्रक्रिया चाहो इदा करो, तो फिर कहें कि ईडी फिर सीधी वो घर ही पहुँच गई तो सुखविंदर जी फिर 7 घंटे कहें उन्होंने हेमंत सोरेन पासों पुछगिछ जी की है। खास तौर पर कुछ उत्थे जमीन सुखविंदर जी उस स्टेट विकियां सन जिड़िया जमीन की खरीदो फरोखत की गई, तो उस खरीदो फरोखत जरा हेमंत सोरेन का नाम आता कि जिदे कहा जाता कि उन्हें अपने नज़दीकियों कुछ लाभ जरा पहुँचाया उस तरीके ही जिस तरीके दिल्ली की एक्साइज पॉलिसी के जरा अपने अरविंद केजरीवाल का नाम जरा वो आ रहा। हुण कहिंदे आ कि जो 7 घंटे बड़ी ठोकवीं पुछगिछ उहदे घरे जाके सीएम हाउस के हुई तो कहिंदे ने कि पूर्ण तौर पर गल्लां बातां होईआं ते नाल ही ईडी उहनूं फिर कह गई आ कि भाई साहब तैयार रहो अजे अहीं सैटिस्फाई नहीं होए अहीं अजे इक वारी दुबारा तुहाडे कोल पुछगिछ करन आउणा हैगा। तो दूजे पासे कहिंदे कि हेमंत सोरेन की पार्टी ने इस नूं काफ़ी नारेबाजी भी की, गल तो जमीन के मुद्दों की है जी जमीन की विकरी जी हुई तो जिद उन्होंने अपने नज़दीकियों को लाभ पहुँचाया। ये खबर सुखविंदर जी मैं करके गल रखी आप गल कर रहे हैं कि यहोजे आसार जोड़े ने मैं हूँ अरविंद केजरीवाल वाल वे नज़र जोड़े बनते पे आ क्योंकि वह भी हेमंत सोरेन का ही हवाला जरा देंदे रहे हैं, 4 नोट्स उन्होंने जारी हो चुके हैं, तो हूँ वेखो कि ईडी पंजवा करती है तो या ईडी फिर सीधा ही उत्थे घर पहुँच जाती है, ये तो सुखविंदर जी हूँ समा दसेगा, पर हाँ हेमंत सोरेन का जड़े आले दुआले सिकंजा सुखविंदर जी हूँ ईडी ने कसना जरा जरूर शुरू कर दिया। चलो अनिक साहब इस प्रोग्राम से जुड़े तो बहुत बहुत धन्यवाद। बहुत बहुत धन्यवाद सिद्धू साहब। ਤੇ ਸਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਹਨਾਂ ਦੇ ਵੱਲੋਂ ਇਹਨਾਂ ਖਬਰਾਂ ਦੇ ਸਰ ਨਾਲ ਗੱਲਬਾਤ ਕੀਤੀ ਗਈ, ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊਗਾ। ਫਿਰ ਮਿਲਾਂਗੇ ਤੁਹਾਨੂੰ।